ਕਿਦਾਂ ਦੇਖ ਰਹੇ ਹੋ ਕਿ ਜਿਹੜੀ ਅੱਜ ਚਰਚਾ ਕੀਤੀ ਜਾ ਰਹੀ ਹੈ? ਅੱਜ ਮੀਟਿੰਗ ਸੱਦੀ ਗਈ ਹੈ, ਕਿਵੇਂ ਦੇਖ ਰਹੇ ਹੋ? ਕਿਉਂਕਿ ਬਗਾਵਤੀ ਸੁਰ ਵੀ ਕਿਤੇ ਨਾ ਕਿਤੇ ਜਿਹੜੇ ਹੈਗੇ ਆ ਉਹ ਵੀ ਦੇਖ ਰਹੇ ਆ, ਇਸ ਪਾਰਟੀ ਚੋਂ ਬੀਬੀ ਜੀ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ। ਕੋਈ ਬਗਾਵਤੀ ਸੁਰ ਨਹੀਂ, ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਸਾਰੇ ਇੱਕ ਜੁੱਟ ਇਕੱਠੇ ਹੈ। ਬਿਸਾਈਡਸ ਮੈਂ ਕਹਿਣਾ ਚਾਹੁੰਦਾ ਕਿ ਬਹੁਤ ਲੋਕ ਮੈਂਬਰ ਜਿਹੜੇ ਸਾਥੋਂ ਅਲੱਗ ਸੀ ਉਹ ਮੈਨੂੰ ਲੱਗਦਾ ਘੱਟ ਤੋਂ ਘੱਟ 15 ਉਹ ਜੇ ਮੈਂਬਰ ਸਾਡੇ ਨਾਲ ਵਾਪਸ ਸ਼ਾਮ। ਬੀਬੀ ਜਗੀਰ ਕੌਰ ਕਹਿੰਦੇ ਲਿਫਾਫਾ ਕਲਚਰ ਦੀ ਜੋ ਪਰਸੈਪਸ਼ਨ ਹੈ ਉਹ ਖਤਮ ਕਰਨੀ ਹੈ, ਕਿਵੇਂ ਦੇਖਦੇ ਲਿਫਾਫਾ ਕਲਚਰ? ਲਿਫਾਫਾ ਕਲਚਰ ਮੈਨੂੰ, ਮੈਂ ਤਾਂ ਉਹ ਹੀ ਪੁੱਛਣਾ ਚਾਹੁੰਦਾ, ਲਿਫਾਫਾ ਕਲਚਰ ਕੀ ਹੈ? ਲਿਫਾਫਾ ਕੀ ਹੈ? ਇੱਕ ਪਾਰਟੀ ਹੈ, ਇੱਕ ਪਰਿਵਾਰ ਹੈ, ਪਰਿਵਾਰ ਦੇ ਵਿੱਚ ਤੁਸੀਂ ਇਹਦਾ ਮਤਲਬ ਤੁਸੀਂ ਆਪ ਦੇਖਿਆ ਹੋਣਾ, ਜਦੋਂ ਪ੍ਰਾਈਮ ਮਿਨਿਸਟਰ ਚੁਣਿਆ ਜਾਂਦਾ ਤਾਂ ਪਾਰਟੀ ਡਿਸਾਈਡ ਕਰਦੀ ਹੈ, ਉਹਨਾਂ ਦੀ ਜਿਹੜੀ ਪਾਰਲੀਮੈਂਟਰੀ ਬੋਰਡ ਡਿਸਾਈਡ ਕਰਦੀ ਹੈ, ਇਹਦਾ ਮਤਲਬ ਹਰ ਪਾਰਟੀ ਦਾ ਲਿਫਾਫਾ ਕਲਚਰ ਹੈ। ਤੁਸੀਂ ਬੀਬੀ ਜੀ ਦੇ 10 ਸਾਲ ਪਹਿਲੇ ਦੀਆਂ ਵੀਡੀਓ ਕੱਢ ਲਓ, ਉਹ ਆਪ ਕਹਿੰਦੇ ਸੀ ਕਿ ਲਿਫਾਫਾ ਕਲਚਰ ਨਹੀਂ ਹੈ। ਸੋ ਮੈਂ ਤਾਂ ਬੜਾ ਸਤਿਕਾਰ ਕਰਦਾ ਉਹਨਾਂ ਨੂੰ। ਸੋ ਮੈਂ ਉਹਨੂੰ ਅੱਜ ਕਿੰਨੇ ਮੈਂਬਰ ਪਹੁੰਚੇ ਹੋਏ ਨੇ? ਮਾਝੇ ਦੇ ਸਾਰੇ ਪਹੁੰਚੇ ਹੋਏ ਨੇ, ਅਸੀਂ ਦੇਖਿਆ ਹੈਗਾ। ਹੋਰ ਕਿੰਨੇ ਕਿ ਜਿਹੜੇ 4-5? ਮੈਂ ਉਹੀ ਕਹਿੰਦਾ ਅੱਜ ਕਈ ਨਹੀਂ ਕਈ ਵਿਚਾਰੇ ਬਜ਼ੁਰਗ ਹੋ ਜਾਂਦੇ ਆ ਕਿਤੇ ਕਹੀਏ ਸਾਡੇ ਨਾਲ। ਮੈਂ ਕਹਿੰਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਾਰੇ ਮੈਂਬਰ ਹੈ, ਉਹ ਉਹਨਾਂ ਦੀ ਆਪਣੀ ਮਾਂ ਪਾਰਟੀ ਹੈ, ਉਹਨਾਂ ਨੇ ਸਾਰੀ ਜ਼ਿੰਦਗੀ ਆਪਣੀ ਪਾਰਟੀ ਵਾਸਤੇ ਲਾਇਆ ਹੈ। ਤੋ ਇਸ ਕਰਕੇ ਸਾਨੂੰ ਮਾਣ ਆ ਆਪਣੇ ਵਰਕਰਾਂ 'ਤੇ ਅਤੇ ਖਾਸ ਕਰਕੇ ਮੈਂਬਰਾਂ 'ਤੇ। ਅਤੇ ਅੱਜ ਤਾਂ ਮੈਂ ਆਇਆ ਸੀ, ਮੈਂ ਕਿਹਾ ਚਲੋ ਸ਼ਾਮ ਨੂੰ ਇਕੱਠੇ ਹੋ ਜਾਂਦੇ, ਤੋ ਇਸ ਕਰਕੇ ਅਸੀਂ ਇਕੱਠੇ ਹੋਏ। ਬਹੁਤ ਸਾਰੇ ਸਵਾਲ ਖੜੇ ਹੋ ਰਹੇ ਕਿ ਬੀਜੇਪੀ ਜਾਂ ਆਰਐਸਐਸ ਬੈਕਿੰਗ ਬੀਬੀ ਨੂੰ ਕਰ ਰਹੀ ਹੈ, ਤੁਹਾਡੇ ਲੀਡਰ ਵੀ ਕਹਿੰਦੇ ਨਜ਼ਰ ਆਏ ਨੇ, ਤੁਹਾਨੂੰ ਲੱਗਦਾ ਦੇਖੋ ਬੀਜੇਪੀ ਐਜੰਡੇ ਵਿੱਚ ਬੜਨਾ ਚਾਹੁੰਦੀ ਹੈ? ਦੇਖੋ, ਮਨੋਰਟੀ ਕਮਿਸ਼ਨ ਦੇ ਚੇਅਰਮੈਨ ਓਪਨਲੀ, ਲਾਲਪੁਰਾ ਸਾਹਿਬ ਓਪਨਲੀ ਮੈਂਬਰਾਂ ਨੂੰ ਟੈਲੀਫੋਨ ਕਰ ਰਿਹਾ, ਉਹਨਾਂ ਨੂੰ ਕਹਿ ਰਿਹਾ, ਤਾਂ ਮਤਲਬ ਕੀ ਹੈ? ਮਨੋਰਟੀ ਕਮਿਸ਼ਨ ਦਾ ਮੈਂਬਰ ਇੱਕ ਕੌਂਸਟੀਟਿਊਸ਼ਨ ਪੋਸਟ ਹੈ, ਜਿਵੇਂ ਇੱਕ ਹਾਈਕੋਰਟ ਦਾ ਜੱਜ ਹੁੰਦਾ ਹੈ, ਜਿਵੇਂ ਸੁਪਰੀਮ ਕੋਰਟ ਦਾ ਜੱਜ ਹੁੰਦਾ ਹੈ, ਉਹ ਇੱਕ ਸਾਈਡ ਨਹੀਂ ਲੈ ਸਕਦਾ। ਅਤੇ ਮਨੋਰਟੀ ਕਮਿਸ਼ਨ ਦਾ ਮਤਲਬ ਆਹੀ ਹੈ, ਉਹਨਾਂ ਨੂੰ ਰਿਪ੍ਰਜੈਂਟ ਕਿਉਂ ਪਾਇਆ ਮਨੋਰਟੀ ਕਮਿਸ਼ਨ? ਕਿ ਉਹ ਸਿੱਖ ਕਮਿਊਨਿਟੀ ਨੂੰ ਰਿਪ੍ਰਜੈਂਟ ਕਰਦੇ ਹੈ, ਪੂਰੀ ਕਮਿਊਨਿਟੀ ਨੂੰ, ਜਿਹੜੇ ਉਹਨਾਂ ਆਹ ਮਤਲਬ ਨਹੀਂ ਹੈ ਕਿ ਸਿੱਖ ਕਮਿਊਨਿਟੀ ਦੇ ਇੰਸਟੀਟਿਊਸ਼ਨਸ ਨੂੰ ਤੋੜਨਾ। SGPC ਆਪਣੀ ਕਮਿਊਨਿਟੀ ਕੌਮ ਦੀ ਇੰਸਟੀਟਿਊਸ਼ਨ ਹੈ, ਉਹਨੂੰ ਉਹਦੇ ਵਿੱਚ ਤੋੜਨਾ, ਉਹਨਾਂ ਦੇ ਵਿੱਚ ਬਗਾਵਤ ਕਰਨੀ, ਆਹ ਕੰਮ ਨਹੀਂ ਹੈ। ਸੋ ਜਾਂ ਤਾਂ ਜੇ ਇਸ ਕੰਮ 'ਚ ਆਉਣਾ ਤਾਂ ਹਿੰਮਤ ਕਰਨ, ਰਿਜ਼ਾਈਨ ਕਰਨ ਅਤੇ ਆ ਜਾਣ।